ਜ਼ਬਰਦਸਤੀ ਧਮਕੀ ਦੇ ਕੇ ਵੀ ਤੁਹਾਨੂੰ ਡਿਸਮਿਸ ਕਰ ਦਿਆਂਗੇ, ਸਾਈਨ ਕਰ ਦਿਓ। ਸਾਈਨ ਕਰਾਏ ਵੀ ਅਸੀਂ ਬੈਂਸ ਦੇ ਬਿਆਨ ਕਰਕੇ ਗੁੱਸੇ ਵਜੋਂ ਬੈਂਸ ਦੀ ਗਨਮੈਨੀ ਛੱਡ ਕੇ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਆਪਣੀ ਹਾਜ਼ਰੀ ਪਾਈ। ਪਟਿਆਲਾ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਮਾਮਲੇ ਵਿੱਚ ਵੱਖੋ ਵੱਖਰੀਆਂ ਬਿਆਨਬਾਜ਼ੀਆਂ ਸਾਹਮਣੇ ਆਈਆਂ ਤੇ ਇਹਨਾਂ ਬਿਆਨਬਾਜ਼ੀਆਂ ਵਿੱਚੋਂ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਨੇ ਤਰਥੱਲੀ ਮਚਾ ਦਿੱਤੀ। ਸਿਮਰਜੀਤ ਸਿੰਘ ਬੈਂਸ ਦੇ ਬਿਆਨ ਦਾ ਥਾਵਾਂ ਤੇ ਵਿਰੋਧ ਹੋਣ ਲੱਗਾ ਤੇ ਬੈਂਸ ਨੇ ਖੁਦ ਚੈਨਲ ਨਾਲ ਗੱਲਬਾਤ ਦੌਰਾਨ ਆਪਣੇ ਬਿਆਨ ਦੇ ਇਸ ਪ੍ਰਚਾਰ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਦਿੱਤਾ ਤੇ ਨਾਲ ਹੀ ਬੈਂਸ ਨੇ ਇਹ ਵੀ ਦੱਸਿਆ ਕਿ ਉਹਨਾਂ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਸਿਕਿਉਰਿਟੀ ਵਾਪਸ ਲੈ ਲਈ ਹੈ। ਤੇ ਉੱਧਰ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਬੈਂਸ ਦੇ ਗਾਰਡਾਂ ਨੂੰ ਵਾਪਸ ਬੁਲਾਇਆ ਨਹੀਂ ਗਿਆ, ਬਲਕਿ ਉਹ ਬੈਂਸ ਦੇ ਉਸ ਬਿਆਨ ਤੋਂ ਨਾਰਾਜ਼ ਹੋ ਕੇ ਖੁਦ ਵਾਪਸ ਆਏ ਨੇ। ਜਿਸ ਤੋਂ ਬਾਅਦ ਬੈਂਸ ਨੇ ਚੈਨਲਾਂ ਨਾਲ ਗੱਲਬਾਤ ਦੌਰਾਨ ਇਹ ਵੀ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਇੱਕ ਫੋਨ ਰਿਕਾਰਡਿੰਗ ਹੈ ਜਿਹੜੀ ਕਿ ਉਹਨਾਂ ਦੇ ਹੀ ਗਾਰਡ ਦੀ ਹੈ, ਜਿਸ ਨੇ ਇਹ ਦੱਸਿਆ ਕਿ ਵਿਭਾਗ ਨੇ ਉਹਨਾਂ ਕੋਲੋਂ ਧੱਕੇ ਨਾਲ ਇਹ ਲਿਖਵਾਇਆ ਕਿ ਅਸੀਂ ਬੈਂਸ ਦੇ ਪਟਿਆਲਾ ਵਾਲੇ ਬਿਆਨ ਤੋਂ ਨਾਰਾਜ਼ ਹਾਂ, ਜਿਸ ਕਰਕੇ ਅਸੀਂ ਉਹਨਾਂ ਦੀ ਸਿਕਿਉਰਿਟੀ ਵਿੱਚ ਨਹੀਂ ਰਹਿ ਸਕਦੇ। ਤੇ ਬੈਂਸ ਨੇ ਇਸ ਫੋਨ ਰਿਕਾਰਡਿੰਗ ਨੂੰ ਜਨਤਕ ਕਰਨ ਦਾ ਦਾਅਵਾ ਵੀ ਕੀਤਾ ਸੀ। ਜਦੋਂ ਰਾਤ ਸਿਕਿਉਰਿਟੀ ਵਾਪਸ ਲੈ ਕੇ ਗਏ, ਮੈਂ DGP ਐਂਡ CP ਨੂੰ ਇੱਕ ਟੈਕਸਟ ਮੈਸੇਜ ਕੀਤਾ, ਕਾਲ ਮੇਰੀ ਚੱਕੀ ਨਹੀਂ। ਮੈਂ ਉਹਨਾਂ ਨੂੰ ਲਿਖਿਆ ਵੀ ਪੰਜਾਬ ਵਿਧਾਨ ਸਭਾ ਵੱਲੋਂ ਕੋਈ ਐਸਾ ਆਰਡਰ ਹੁਕਮ ਹੋਵੇ ਮੈਨੂੰ ਸੈਂਡ ਕਰ ਦਿਓ। ਬੈਂਸ ਗਨਮੈਨਾਂ ਦੇ ਸਾਰੇ ਰਾਜਨੀਤੀ ਨਹੀਂ ਕਰਦਾ, ਬੈਂਸ ਪੰਜਾਬ ਦੇ ਲੋਕਾਂ ਦੇ ਸਪੋਰਟ ਤੇ ਸਹਿਯੋਗ ਸਦਕਾ ਇਹ ਕਰਪਸ਼ਨ ਦੇ ਬਰਖਿਲਾਫ਼, ਅਨਿਆਂ ਤੇ ਤਸ਼ੱਦਦ ਢਾਉਣ ਵਾਲੇ ਅਫਸਰਾਂ ਦੇ ਬਰਖਿਲਾਫ਼ ਲੋਕਾਂ ਦੀ ਸਪੋਰਟ ਸਦਕਾ ਰਾਜਨੀਤੀ ਹੈ, ਚੰਗੇ ਭਵਿੱਖ ਵਾਸਤੇ ਰਾਜਨੀਤੀ ਹੈ। ਮੇਰੇ ਕੋਲ ਇੱਕ ਸਬ ਇੰਸਪੈਕਟਰ ਤੇ 3 ਜਵਾਨ, ਟੋਟਲ 4 ਸੀਗੇ, ਜਿਨ੍ਹਾਂ ਨੂੰ ਵਾਪਸ ਲੈ ਗਏ ਐਂਡ ਵਾਪਸ ਲਿਜਾ ਕੇ ਉਹਨਾਂ ਦੇ ਕੋਲੋਂ ਇੱਕ ਲਿਖਤ ਦੇ ਉੱਤੇ ਜ਼ਬਰਦਸਤੀ ਧਮਕੀ ਦੇ ਕੇ ਵੀ ਤੁਹਾਨੂੰ ਡਿਸਮਿਸ ਕਰ ਦਿਆਂਗੇ, ਸਾਈਨ ਕਰ ਦਿਓ। ਸਾਈਨ ਕਰਾਏ ਵੀ ਅਸੀਂ ਬੈਂਸ ਦੇ ਬਿਆਨ ਕਰਕੇ ਗੁੱਸੇ ਵਜੋਂ ਬੈਂਸ ਦੀ ਗਨਮੈਨੀ ਛੱਡ ਕੇ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਆਪਣੀ ਹਾਜ਼ਰੀ ਪਾਈ। ਮੇਰੇ ਕੋਲ ਇਹਨਾਂ ਗਨਮੈਨਾਂ ਦੀ ਜਿਹੜੀ ਮੇਰੇ ਸਟਾਫ ਮੈਂਬਰਾਂ ਨਾਲ ਟੈਲੀਫੋਨ ਦੇ ਉੱਤੇ ਗੱਲ ਹੋਈ ਵੀ ਸਾਡੇ ਕੋਲ ਜ਼ੋਰ ਜ਼ਬਰਦਸਤੀ ਡਿਸਮਿਸਲ ਬਰਖਾਸਤਗੀ ਦਾ ਡਰਾਵਾ ਦੇ ਕੇ ਸਾਈਨ ਕਰਾਏ ਆ, ਉਹ ਆਡੀਓਜ਼ ਹੈਗੇ, ਮੈਂ ਤੁਹਾਨੂੰ ਉਹ ਵੀ ਦੇ ਦਿੰਦਾ। ਇਸ ਬਿਆਨ ਤੋਂ ਬਾਅਦ ਹੁਣ ਸਿਮਰਜੀਤ ਸਿੰਘ ਬੈਂਸ ਨੇ ਉਹ ਆਡੀਓ ਰਿਲੀਜ਼ ਕਰ ਦਿੱਤੀ ਹੈ ਤੇ ਬੈਂਸ ਨੇ ਦਾਅਵਾ ਕੀਤਾ ਕਿ ਉਹੀ ਫੋਨ ਰਿਕਾਰਡਿੰਗ ਹੈ ਜਿਸ ਦੀ ਉਹ ਗੱਲ ਕਰ ਰਹੇ ਸਨ। ਪਟਿਆਲਾ ਕਰਕੇ ਜਿਹੜਾ ਪਟਿਆਲੇ ਵਾਲਾ ਬਿਆਨ ਦਿੱਤਾ ਨਾ। ਅੱਛਾ, ਤੁਹਾਨੂੰ ਨੀ ਪੁੱਛਿਆ ਕੁਛ ਇਹਨਾਂ ਨੇ? ਸਾਨੂੰ ਰਾਤੀ ਕਹਿੰਦੇ ਸੀ ਤੁਸੀਂ ਜਾਣਾ ਜਾਂਦੇ ਤੁਹਾਡੇ ਦਾ ਕਬਰ ਪਾ ਦੇਣੀ, ਡਿਸਮਿਸ ਦੀ ਰਿਕਾਰਡ ਪਾ ਦੇਣੀ ਤੁਹਾਡੀ। ਕਿੱਥੇ ਦੀ ਡਿਸਮਿਸ ਕਰ ਦੇਣਾ, ਰਬੜ ਪਾ ਦੇਣੀ ਆ। ਹਾਂ, ਜੇ ਤੁਹਾਡੀ ਰਿਕਾਰਡਿੰਗ ਖੋਲਣੀ ਹੈ ਤੁਹਾਡੀ ਰਬੜ ਪਾ ਦੇਣੀ ਆ, ਤੇ ਤੁਹਾਨੂੰ ਜਾਣਾ ਪੈਂਦਾ DGP ਸਾਹਿਬ ਨੂੰ ਕਹਿੰਦਾ। ਬੈਂਸ ਵੱਲੋਂ ਵੱਖੋ ਵੱਖਰੀਆਂ 3 ਅਲੱਗ ਅਲੱਗ ਫੋਨ ਰਿਕਾਰਡਿੰਗ ਰਿਲੀਜ਼ ਕੀਤੀਆਂ ਗਈਆਂ ਨੇ, ਜਿਸ ਵਿੱਚ ਇੱਕ ਵਿਅਕਤੀ ਇਹ ਵੀ ਕਹਿੰਦਾ ਸੁਣਾਈ ਦੇ ਰਿਹਾ ਕਿ ਉਹਨਾਂ ਕੋਲੋਂ ਵਿਭਾਗ ਨੇ ਖੁਦ ਲਿਖਵਾਇਆ ਕਿ ਉਹ ਬੈਂਸ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਉਹ ਲਿਖਿਆ ਵੀ ਆਪਾਂ ਇੰਨੇ ਸਾਲ ਤੋਂ ਡਿਊਟੀ ਕਰ ਰਹੇ ਹਾਂ ਤੇ ਕੀ ਗੱਲ ਯਾਰ, ਜਿਹੜਾ ਮੈਂ ਲਿਖਿਆ ਖਾਨਦਾਨ ਲਿਖਿਆ ਉਹਨੇ ਲਿਖਿਆ ਆਪਣੇ ਜਿਹੜਾ ਘਟਨਾ ਹੋਈ ਸੀ ਪਟਿਆਲੇ, ਜਿਹੜੇ ਬੈਂਸ ਉਹਨੇ ਜਿਹੜੇ ਬਿਆਨ ਦਿੱਤੇ ਆ ਉਹ ਗਲਤ ਦਿੱਤੇ ਗਏ ਬਿਆਨ। ਅੱਛਾ, ਵੀ ਬੈਂਸ ਉਹਨੇ ਗਲਤ ਦਿੱਤੇ ਆ? ਹਾਂ, ਉਹ ਬਿਆਨ ਗਲਤ ਦਿੱਤੇ, ਪੁਲਿਸ ਖਿਲਾਫ਼ ਬਿਆਨ ਦਿੱਤੇ ਗਲਤ ਦਿੱਤੇ ਗਏ ਬਿਆਨ। ਨਹੀਂ, ਸਹੀ ਗੱਲ ਆ ਯਾਰ, ਨੌਕਰੀ ਵਾਲੇ ਬੰਦੇ ਆਪਾਂ ਨਾਲੇ ਕੀ ਕਰ ਸਕਦੇ ਆ। ਮਹਿਕਮਾ ਕਹਿੰਦਾ ਐਲਓ ਨੇ ਕਿਹਾ ਵੀ ਲਿਖ ਕੇ ਦੋ। ਨਹੀਂ ਨਹੀਂ, ਦਫ਼ਤਰ ਆ ਉਸੇ ਬਰਾਂਚ, ਅਸਾ ਉਸੇ ਬਰਾਂਚ ਵਾਲਿਆਂ ਨੇ। ਤੇ ਹੁਣ ਤੁਹਾਨੂੰ ਤੀਜੀ ਫੋਨ ਰਿਕਾਰਡਿੰਗ ਵੀ ਸੁਣਾ ਦਿੰਦੇ ਆ ਜਿਹੜੀ ਬੈਂਸ ਵੱਲੋਂ ਹੀ ਰਿਲੀਜ਼ ਕੀਤੀ ਗਈ ਹੈ।
ਤੇ ਦਾਵਾ ਇਹ ਕੀਤਾ ਜਾ ਰਿਹਾ ਕਿ ਇਸ ਫੋਨ ਰਿਕਾਰਡਿੰਗ ਵਿੱਚ ਬੋਲਣ ਵਾਲਾ ਇੱਕ ਵਿਅਕਤੀ ਬੈਂਸ ਦੀ ਟੀਮ ਦਾ ਤੇ ਦੂਜਾ ਉਹੀ ਗਾਰਡ ਜਿਹੜਾ ਬੈਂਸ ਦੇ ਨਾਲ ਰਹਿੰਦਾ ਸੀ। ਅੱਛਾ ਜੀ, ਆਪਣੇ ਪਤਾ ਨੀ ਕਹਿੰਦੀ ਗੱਲ ਕੀ ਕਹਿੰਦੇ ਖੈਰ ਹੁਣ ਬੈਂਸ ਵੱਲੋਂ ਦਿੱਤੀਆਂ ਗਈਆਂ ਇਹਨਾਂ ਆਡੀਓ ਤੋਂ ਬਾਅਦ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਦਾ ਅਗਲਾ ਰਿਐਕਸ਼ਨ ਕੀ ਰਹਿੰਦਾ। ਪਰ ਇੰਨਾ ਜ਼ਰੂਰ ਹੈ ਕਿ ਇਸ ਆਡੀਓ ਤੋਂ ਬਾਅਦ ਹੁਣ ਵੱਖੋ ਵੱਖਰੀਆਂ ਬਿਆਨਬਾਜ਼ੀਆਂ ਜ਼ਰੂਰ ਸਾਹਮਣੇ ਆਉਣਗੀਆਂ। ਪਰ ਇਹ ਹੋਣਗੀਆਂ ਕਿ ਇਸ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ।